ਸਤਿਗੁਰੂ ਦੋਸਤੋ ਮੈਂ ਕੁਲਵੰਤ ਸਿੰਘ ਗਿੱਲ ਕੁਵਾਰੀ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋ ਚੁੱਕਿਆ ਸਾਡੇ ਨਾਲ ਬਚਨ ਬੇਦਲ ਜੀ ਨੇ ਕਿ ਵਿਸ਼ਵ ਪ੍ਰਸਿੱਧ ਰਹੇ ਨੇ ਕੀ ਕਰਨ ਦੇ ਪਾਜੀ ਹੈਲੋ 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 ਨਹੀਂ ਹੋ ਹੁਣੇ ਕੌਣ ਹੈ ਜੀ ਆ ਦੇਖੋ ਦੁਬਾਰਾ ਆ ਜਾ ਇੱਧਰ ਆ ਜਾ ਮੈਂ ਨਿਕਲਦਾ ਹਾਂ ਤੁਸੀਂ ਔਰ ਕਹਿਣਾ ਟ੍ਰੇਲਰ ਦੇਖਿਆ ਸੋ ਸੁਖ ਸੰਗੇੜਾ ਆਪਣੇ ਆਪ ਚ ਇੱਕ ਬਹੁਤ ਵੱਡਾ ਨਾਮ ਹੈ ਜੀ ਬੇਤੀ ਮੁੰਡਾ ਤੇ ਉਹਨਾਂ ਨੇ ਜਦੋਂ ਆਫਰ ਕੀਤੀ ਸੀ ਅਰਮਾਨ ਨੂੰ ਵੀ ਸੁੱਖ ਕਰਨ ਕਰਨਾ ਚਾਹੁੰਦਾ ਹੈ ਤੁਸੀਂ ਸੱਚ ਮੰਨਿਓ ਕਿ ਮੈਂ ਇਹਦੀ ਕਹਾਣੀ ਵੀ ਨਹੀਂ ਪੜ੍ਹੀ ਔਰ ਉਹਨੂੰ ਉਹਨੇ ਕਿਹਾ ਵੀ ਉਹਨੇ ਯੈਸ ਕਰ ਇੱਕ ਭਰੋਸਾ ਸੀ ਹਾਂ ਬਿਲਕੁਲ ਤੇ ਅੱਜ ਟ੍ਰੇਲਰ ਦੇਖਿਆ ਪਹਿਲੀ ਵਾਰ ਜੀ ਮੈਂ ਫਿਲਮ ਅੱਜ ਤੱਕ ਦੇਖੀ ਨਹੀਂ ਟ੍ਰੇਲਰ ਵੇਖੀ ਨਹੀਂ ਸੀ ਬਿਲਕੁਲ ਦੇਖਿਆ ਓਕੇ ਓਕੇ ਮੈਨੂੰ ਤਸੱਲੀ ਸੀ ਇਹ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਬੜੀ ਖੁਸ਼ੀ ਦੀ ਗੱਲ ਹੈ ਪੂਰੀ ਟੀਮ ਨੇ ਬੜੀ ਮਿਹਨਤ ਜੀ 4 ਅਗਸਤ ਨੂੰ ਜਦੋਂ ਸਿਲਵਰ ਸਕਰੀਨ ਤੇ ਬੇਟੇ ਦੀ ਫਿਲਮ ਆਊਗੀ ਕਿਦਾਂ ਦਾ ਹੋਊਗਾ ਬੜੀ ਖੁਸ਼ੀ ਤੁਹਾਡੀਆਂ ਅੱਖਾਂ ਨਮ ਲੱਗ ਰਹੀਆਂ ਬੜੀ ਖੁਸ਼ੀ ਹੋ ਬੜੀ ਖੁਸ਼ੀ ਕਿ ਤੁਸੀਂ ਤੁਹਾਡੀ ਲੇਖਣੀ ਨੇ ਪਹਿਲਾਂ ਹੀ ਪੂਰੀ ਦੁਨੀਆ ਦੇ ਵਿੱਚ ਏਰਾ ਫਿੱਟ ਕੀਤਾ ਹੋਇਆ ਉਹ ਅੱਜ ਬੇਟਾ ਬਹੁਤ ਵੱਡੇ ਪਰਦੇ ਤੇ 4 ਅਗਸਤ ਨੂੰ ਪ੍ਰੋਜੈਕਟ ਹੋਣ ਜਾ ਰਿਹਾ ਹੈ ਚਲੋ ਬੇਟਾ ਲੱਗਿਆ ਹੋਇਆ ਸੀ ਬੜੇ ਚਿਰ ਦਾ ਮਿਹਨਤ ਕਰ ਰਿਹਾ ਸੀ ਵਾਹਿਗੁਰੂ ਭਲੀ ਕਰੇ ਜੀ ਜੀ ਪ੍ਰਮਾਤਮਾ ਸੁਖ ਰੱਖੇ ਬਚਨ ਬੇਦਲ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਹੈ ਔਰ ਇਹਨਾਂ ਦੇ ਬੇਟੇ ਅਰਮਾਨ ਅਰਮਾਨ ਜੀ ਸੌਰੀ ਅਰਮਾਨ ਬੇਦਲ ਦੀ ਫਿਲਮ ਆ ਰਹੀ ਹੈ ਜ਼ਰੂਰ ਵੇਖਿਓ 4 ਅਗਸਤ 2023 ਨੂੰ ਇਹ ਫਿਲਮ ਪੂਰੀ ਦੁਨੀਆ ਦੇ ਵਿੱਚ ਇੱਕੋ ਸਮੇਂ ਰਿਲੀਜ਼ ਹੈ ਔਰ ਸੁਖ ਸੰਗੇੜਾ ਇਹਨੂੰ ਪ੍ਰਮੋਟ ਕਰ ਰਹੇ ਨੇ ਔਰ ਅਸੀਂ ਵੀ ਇਸ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਈ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ